गुड मॉर्निंग स्टूडेंट्स हाउ आर यू सो बच्चों आज दा साडा सब्जेक्ट है हिंदी हिंदी में आज हम करेंगे दो अक्षरों के शब्द सो ਤੁਸੀਂ ਆਪਣੀ ਹਿੰਦੀ ਦੀ ਨੋਟਬੁੱਕ ਉੱਪਰ ਡੇਟ ਐਂਡ ਡੇ ਲਿਖ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਹੈਡਿੰਗ ਪਾ ਲੈਣੀ ਹੈ ਦੋ ਅੱਖਰੋ ਕੇ ਸ਼ਬਦ ਉਸ ਤੋਂ ਬਾਅਦ ਤੁਸੀਂ ਜਿਹੜੇ ਵੀ ਦੋ ਅੱਖਰੋ ਕੇ ਸ਼ਬਦ ਲਿਖੇ ਹੋਏ ਨੇ ਉਹ ਤੁਸੀਂ ਸੇਮ ਦੋ ਅੱਖਰੋ ਕੇ ਸ਼ਬਦ ਲਿਖਨੇ ਨੇ ਸੋ ਆਪਾਂ ਇੱਕ ਵਾਰੀ ਲਰਨ ਕਰਦੇ ਹਾਂ ਨੂੰ ਕਿਸ ਤਰਾਂ ਲਰਨ ਕਰਨਾ ਹੈ ਘਰ ਘਰ ਜਗ ਜਗ ਨ ਲ ਨਲ ਫਲ ਲ ਫਲ ਮ ਗ ਮਗ ਟ ਬ ਟਬ ਬਸ ਸ ਬਸ ਜਲ ਜਲ ਹਲ ਹਲ ਇਸ ਦੇ ਨਾਲ ਹੀ ਜਿਹੜੇ ਵੀ ਤੁਹਾਨੂੰ ਦੋਕਸ਼ੋਕ ਸ਼ਬਦ ਆਉਂਦੇ ਨੇ ਉਹ ਤੁਸੀਂ नाल ही लिख लेना है अपने आप जिमें किन्ने सारे वर्ड्स आप बना सकते स बेटा दो शो के शब्द सो ती अपने कोलों ही वर्ड्स बनाने ने ठीक है स्टूडेंट्स यही तरह होमवर्क अच्छा ये नीट एंड क्लीन करना है अपनी हिंदी नोटबुक उपर थैंक यू